ਹਾਂਜੀ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਕੰਬੋਜਰ ਰਗੜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਅਤੇ ਪਹਿਲਾਂ ਗੱਲ ਕਰਦੇ ਹਾਂ ਖਾਣ ਪੈਣੀ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਇਸ ਸਾਲ ਖਾਣ ਪੈਣੀ ਵੱਲੋਂ ਵੀ ਆਪਣੇ ਬੈਕ ਟੂ ਬੈਕ ਗਾਣੇ ਰਿਲੀਜ਼ ਕੀਤੇ ਜਾ ਰਹੇ ਨੇ, ਅਤੇ ਉੱਦਾਂ ਹੀ ਥੋੜ੍ਹੇ ਦਿਨ ਪਹਿਲਾਂ ਹੀ ਖਾਣ ਪੈਣੀ ਵੱਲੋਂ ਆਪਣੇ ਇੱਕ ਹੋਰ ਨਵੇਂ ਆਉਣ ਵਾਲੇ ਗਾਣੇ ਦੀ ਅਨਾਊਂਸਮੈਂਟ ਕੀਤੀ ਗਈ ਸੀ, ਜਿਸ ਗਾਣੇ ਦਾ ਨਾਮ ਹੈ ਅੰਦਾਜ਼ੇ। ਅਤੇ ਹੁਣ ਕੱਲ੍ਹ ਹੀ ਖਾਣ ਪੈਣੀ ਵੱਲੋਂ ਇਸ ਗਾਣੇ ਦਾ ਪੋਸਟਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ, ਜੋ ਕਿ ਖਾਣ ਪੈਣੀ 'ਤੇ ਸ਼ਿਪਰਾ ਗੋਇਲ ਦਾ ਕਲੈਪ ਸੌਂਗ ਹੈ। ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਇਹ ਗਾਣਾ 12 ਦਸੰਬਰ ਨੂੰ ਰਿਲੀਜ਼ ਕੀਤਾ ਜਾਊਗਾ। ਅਤੇ ਨਾਲ ਹੀ ਖਾਣ ਪੈਣੀ ਵੱਲੋਂ ਕੈਪਸ਼ਨ ਵਿੱਚ ਲਿਖਿਆ ਗਿਆ, ਜੇ ਸਵਾਦ ਨਾ ਆਇਆ ਤਾਂ ਪੈਸੇ ਵਾਪਸ, ਜੇ ਭੰਗੜਾ ਨਾ ਪਿਆ ਤਾਂ ਗਾਣਾ ਡਿਲੀਟ, ਤੇ ਇਦਾਂ ਹੋ ਨਹੀਂ ਸਕਦਾ। ਇਸ ਤੋਂ ਇਲਾਵਾ ਅੱਜ ਖਾਣ ਪੈਣੀ ਵੱਲੋਂ ਅੰਦਾਜ਼ੇ ਗਾਣੇ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਤੇ ਟੀਜ਼ਰ ਨੂੰ ਦੇਖ ਕੇ ਖਾਣ ਪੈਣੀ ਦੇ ਹੀ ਚੂਰੀ ਗਾਣੇ ਦੀ ਵਾਈਬ ਆ ਰਹੀ ਹੈ, ਕਿਉਂਕਿ ਬੈਕਗ੍ਰਾਉਂਡ ਵਿੱਚ ਚੂਰੀ ਗਾਣੇ ਵਰਗਾ ਹੀ ਮਿਊਜ਼ਿਕ ਪਲੇ ਹੋ ਰਿਹਾ ਹੈ। ਬਾਕੀ ਟੀਜ਼ਰ ਤੇ ਮਿਊਜ਼ਿਕ ਨੂੰ ਸੁਣ ਕੇ ਆਪਾਂ ਇਸ ਨੂੰ ਚੂਰੀ 2 ਗਾਣਾ ਹੀ ਕਹਿ ਸਕਦੇ ਹਾਂ। ਅੱਗੇ ਵਧਦੇ ਹੋਏ ਗੱਲ ਕਰਦੇ ਹਾਂ ਅੰਮ੍ਰਿਤਾ ਮਾਨ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਇਹ ਸਾਲ ਏਪੀ ਢਿੱਲੋਂ ਦੇ ਓਲਡ ਮਨੀ ਗਾਣੇ ਦੀ ਵੀਡੀਓ ਵਿੱਚ ਸਲਮਾਨ ਖਾਨ ਤੇ ਸੰਜੇ ਦੱਤ ਦੇਖਣ ਨੂੰ ਮਿਲੇ ਸੀ। ਤੇ ਉੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਭੁਪਿੰਦਰ ਬੱਬਲ ਤੇ ਅੰਮ੍ਰਿਤਾ ਮਾਨ ਦਾ ਨਵਾਂ ਗਾਣਾ ਆਉਣ ਵਾਲਾ ਹੈ, ਜਿਸ ਗਾਣੇ ਦਾ ਨਾਮ ਹੈ ਪਾਵਰ ਹਾਊਸ। ਤੇ ਇਸ ਗਾਣੇ ਦੀ ਵੀਡੀਓ ਵਿੱਚ ਵੀ ਸੰਜੇ ਦੱਤ ਦੇਖਣ ਨੂੰ ਮਿਲਣ ਵਾਲਾ ਹੈ, ਤੇ ਇਹ ਗਾਣਾ ਕੱਲ੍ਹ ਨੂੰ ਰਿਲੀਜ਼ ਕਰ ਦਿੱਤਾ ਜਾਣਾ ਹੈ। ਅੱਗੇ ਵਧਦੇ ਹੋਏ ਗੱਲਬਾਤ ਕਰਦੇ ਹਾਂ ਕਰਨ ਔਜਲੇ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਥੋੜ੍ਹੇ ਦਿਨ ਪਹਿਲਾਂ ਹੀ ਕਰਨ ਬਾਈ ਦਾ ਨਵਾਂ ਗਾਣਾ ਰਿਲੀਜ਼ ਹੋਇਆ, ਜਿਸ ਗਾਣੇ ਦਾ ਨਾਮ ਹੈ ਆਏ ਹਾਏ। ਤੇ ਇਸ ਗਾਣੇ ਨੂੰ ਯੂਟਿਊਬ ਉੱਤੇ ਬਹੁਤ ਹੀ ਤੇਜ਼ੀ ਨਾਲ ਵਿਊਸ ਵੱਧ ਰਹੇ ਨੇ, ਤੇ ਹੁਣ ਆਏ ਹਾਏ ਗਾਣੇ ਨੂੰ ਯੂਟਿਊਬ ਉੱਤੇ 40 ਮਿਲੀਅਨ ਤੋਂ ਵੀ ਜ਼ਿਆਦਾ ਵਿਊਸ ਤੇ 6 ਲੱਖ ਤੋਂ ਵੀ ਜ਼ਿਆਦਾ ਲਾਈਕਸ ਹੋ ਚੁੱਕੇ ਨੇ। ਇਸ ਤੋਂ ਇਲਾਵਾ ਥੋੜ੍ਹੇ ਹੀ ਦਿਨਾਂ ਵਿੱਚ ਆਏ ਹਾਏ ਗਾਣੇ ਉੱਤੇ 50 ਮਿਲੀਅਨ ਤੋਂ ਵੀ ਜ਼ਿਆਦਾ ਰੀਲਸ ਬਣ ਚੁੱਕੀਆਂ ਨੇ। ਤੇ ਇਸ ਗਾਣੇ ਬਾਰੇ ਹੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਗਾਣੇ ਦੀ ਵੀਡੀਓ ਵਿੱਚ ਕਰਨ ਔਜਲੇ ਦੇ ਨਾਲ ਨੋਰਾ ਫਤਿਹੀ ਵੀ ਦੇਖਣ ਨੂੰ ਮਿਲੀ ਸੀ। ਤੇ ਹੁਣ ਨੋਰਾ ਵੱਲੋਂ ਗਾਣੇ ਦੇ ਸ਼ੂਟ ਦੀ ਇੱਕ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਕਰਨ ਬਾਈ ਨੂੰ ਡਾਂਸ ਕਰਨ ਲਈ ਕਿਹਾ ਜਾ ਰਿਹਾ ਹੈ। ਬਾਕੀ ਉਹ ਵੀਡੀਓ ਤੁਸੀਂ ਦੇਖ ਸਕਦੇ ਜੋ ਤੇ ਕਰਨ ਬਾਈ ਦੇ ਇੰਟਰਨੈਸ਼ਨਲ ਕਲੈਬ ਬਾਰੇ ਇੱਕ ਵੱਡੀ ਅਪਡੇਟ ਆਈ ਸਾਹਮਣੇ, ਜਿਸ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।